ਜੈ ਹਿੰਦ ਜੀ, ਜੈ ਹਿੰਦ ਰੁਈਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ? ਹਾਲ ਚਾਲ ਤਗੜਾ ਤੇ ਜਦੋਂ ਸੰਧੂ ਸਾਹਿਬ ਆਪਾਂ ਚਿਰ ਸਿਖਾਈ ਚੀਜ਼ਾਂ ਬਾਰੇ ਸੋਚਦੇ ਹਾਂ ਤੇ ਜ਼ਿੰਮੇਦਾਰ ਨੂੰ ਬਹੁਤ ਪਾਸਿਆਂ ਤੋਂ ਅੱਜ ਸੋਚਣ ਦੀ ਲੋੜ ਹੈ। ਇੱਕ ਸਭ ਤੋਂ ਬਿਲਕੁਲ ਆਪਾਂ ਦੇਖੋ ਜਦੋਂ ਗੱਲ ਕਰਦੇ ਹੁੰਦੇ ਹਾਂ ਵਾਰ ਵਾਰ ਕਿ ਖੇਤੀ ਖਰਚੇ ਹੌਲੀ ਹੌਲੀ ਵਧੀ ਜਾਂਦੇ ਹੈਗੇ ਆ ਤੇ ਨਾਲ ਜਿਹੜੇ ਸਾਡੇ ਘਰੇਲੂ ਖਰਚੇ ਹੈਗੇ ਉਹ ਵੀ ਵੱਧਦੇ ਰਹਿੰਦੇ ਹੈਗੇ ਆ, ਉਹਦੀਆਂ ਲੋੜਾਂ ਵੀ ਤੁਹਾਨੂੰ ਪੂਰੀਆਂ ਨਹੀਂ ਹੁੰਦੀਆਂ ਕਈ ਵਾਰ ਤੇ ਫਿਰ ਜਿਹੜਾ ਹੈ ਖੇਤੀਬਾੜੀ ਘਾਟੇ ਦਾ ਸੌਦਾ ਬਣਦਾ ਜਾਂਦਾ ਆ। ਦੇਖੋ ਸੰਧੂ ਸਾਹਿਬ, ਖਰਚਾ ਵੱਧ ਜਾਣਾ ਇੱਕ ਪੱਖ, ਠੀਕ ਹੈ ਕਿ ਨਹੀਂ, ਆਮਦਨ ਘੱਟ ਜਾਣਾ ਬਹੁਤ ਜ਼ਿਆਦਾ ਖਤਮ। ਸਾਡੇ ਵਸੀਲੇ ਘਟਦੇ ਜਾ ਰਹੇ ਹੈ, ਆਮਦਨ ਦੇ ਵਸੀਲੇ ਉਨੇ ਪੂਰੇ ਨਹੀਂ ਜਿੰਨੇ ਸਾਡੇ ਖਰਚੇ ਵੱਧਦੇ ਜਾ ਰਹੇ। ਸੋ ਇਸ ਕਰਕੇ ਅੱਜ ਬਹੁਤ ਗੰਭੀਰਤਾ ਨਾਲ ਸਾਨੂੰ ਬੈਠ ਕੇ ਸਾਰੇ ਜ਼ਿੰਮੀਦਾਰਾਂ ਨੂੰ ਸੋਚਣ ਦੀ ਲੋੜ ਹੈ ਵੀ ਭਾਈ ਮੈਂ ਆਪਣੇ ਘਰ ਦਾ ਜਿਹੜਾ ਖੇਤੀ ਦਾ ਖਰਚਾ ਹੈ ਇਹਨੂੰ ਕੰਟਰੋਲ ਚ ਕਿੱਦਾਂ ਲਿਆਉਣਾ, ਇਹਨੂੰ ਕਿੱਦਾਂ ਘਟਾਉਣਾ। ਜੇ ਆਪਾਂ ਨਾ ਸੋਚਿਆ ਬੱਚਿਆਂ ਵਾਲਿਓ, ਫਿਰ ਇਹ ਆ ਵੀ ਆਪੇ ਫਸੜੀਏ, ਤੈਨੂੰ ਕੌਣ ਛੁਡਾਵੇ। ਦੇਖੋ ਬੈਂਕ ਵਾਲਿਆਂ ਨੇ ਵੀ ਇੱਕ ਦਿਨ ਤੁਹਾਨੂੰ ਨਾ ਕਰਦਾ ਹੀ, ਅੱਜ ਲਿਮਟਾਂ ਬਣੀਆਂ ਹੈ, ਸਾਡਾ ਕੰਮ ਚੱਲੀ ਜਾਂਦਾ ਹੈ, ਕਿਤੇ ਨਾ ਕਿਤੇ ਜਾ ਕੇ ਫਿਰ ਤੁਹਾਨੂੰ ਸਾਨੂੰ ਸਭ ਪਤਾ ਵੀ ਜਵਾਬ ਸਾਨੂੰ ਮਿਲਣਾ ਹੀ ਮਿਲਣਾ। ਇਹ ਤਾਂ ਪੱਕੀ ਗੱਲ ਹੈ ਜੀ। ਦੇਖੋ ਹਰ ਚੀਜ਼ ਦੀ ਕੋਈ ਇੱਕ ਸੀਮਾ ਹੁੰਦੀ ਹੈਗੀ ਹੈ। ਸੋ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਕਿ ਆਮਦਨ ਦੇ ਵਸੀਲੇ ਜਿਹੜੇ ਵਧਾਉਣੇ ਤੇ ਨਾਲ ਨਾਲ ਜਿਹੜੇ ਖੇਤੀ ਖਰਚਿਆਂ 'ਚ ਕਟੌਤੀ ਕਰਨ, ਪਰ ਆਪਾਂ ਲੱਗੇ ਵੀ ਜਿੱਥੋਂ ਬਚਾ ਸਕਦੇ ਹਾਂ ਪੈਸੇ ਤੇ ਜ਼ਰੂਰ ਸਾਨੂੰ ਬਚਾਉਣੇ ਚਾਹੀਦੇ ਹੈਗੇ। ਖਾਸ ਕਰਕੇ ਕਈ ਖਰਚੇ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਆਪਾਂ ਇੱਕ ਵਾਰ ਚੀਜ਼ ਖਰੀਦ ਲੈਂਦੇ ਹੈਗੇ ਹਾਂ ਉਹਨੇ ਫਿਰ ਲੰਮੇ ਸਮੇਂ ਤੱਕ ਇਸਤੇਮਾਲ ਹੁੰਦਾ ਹੁੰਦਾ ਹੈ। ਜਿੱਦਾਂ ਹੁਣ ਖੇਤੀ ਮਸ਼ੀਨਰੀ ਆ, ਇੱਕ ਵਾਰ ਲੈ ਲਓ ਉਹ ਕਈ ਸਾਲਾਂ ਤੱਕ ਚੱਲਦੀ ਹੈਗੀ, ਉਹਦੀ ਸਾਂਭ ਸੰਭਾਲ, ਉਹਦੀ ਚੋਣ, ਉਹਦਾ ਰੱਖ ਰਖਾਵ ਬੜਾ ਮਹੱਤਵਪੂਰਨ ਗੱਲ ਹੋ ਜਾਂਦਾ ਜੀ ਆਪਾਂ ਨੇ ਲੰਮੇ ਸਮੇਂ ਤੱਕ ਇਸਤੇਮਾਲ ਕਰਨਾ ਹੈ। ਸੰਧੂ ਸਾਹਿਬ, ਤੁਸੀਂ ਬਹੁਤ ਵਧੀਆ ਅਹਿਮ ਗੱਲ ਕੀਤੀ ਹੈ। ਜ਼ਿੰਮੀਦਾਰ ਦੇ ਉੱਤੇ ਜ਼ਿਆਦਾ ਬੋਝ ਜਿਹੜਾ ਖੇਤੀ ਮਸ਼ੀਨਰੀ ਨੇ ਪਾਇਆ। ਹਾਂ ਦੇਖੋ, ਇਹਦੇ 2-4 ਚੀਜ਼ਾਂ ਸਾਨੂੰ ਸੋਚਣ ਵਾਲੀਆਂ ਚਾਹੀਦੀਆਂ ਨੇ ਵੀ ਜਿਸ ਤਰ੍ਹਾਂ ਦੀ ਸਾਡੀ ਜੋਤ ਹੈ, ਜਿੰਨਾ ਦਾ ਸਾਡਾ ਕੰਮ ਹੈ।